ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਦੀ ਕੁਰਬਾਨੀ ਕਰਕੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਪੂਰੇ ਵਿਸ਼ਵ 'ਚ ਸ਼ਹੀਦਾਂ ਦੀ ਧਰਤੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਅਤੇ ਉੱਥੇ ਹੀ ਵਿਸ਼ਵ ਦੀ ਸਭ ਤੋਂ ਮਹਿੰਗੀ ਧਰਤੀ ਵੀ ਮੌਜੂਦ ਹੈ ਅਤੇ ਇਹ ਧਰਤੀ ਹੈ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੀ, ਜਿਸ ਨੂੰ ਦੀਵਾਨ ਟੋਡਰਮੱਲ ਨੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੌਕੇ ਦੀਆਂ ਸਰਕਾਰਾਂ ਤੋਂ ਖਰੀਦਿਆ ਸੀ। ਉਸ ਧਰਤੀ 'ਤੇ ਸੋਹਣਾ ਗੁਰਦੁਆਰਾ ਸਾਹਿਬ ਬਣ ਗਿਆ, ਪਰ ਮੁਗਲਾਂ ਵੱਲੋਂ ਇਸ ਕੰਮ ਬਦਲੇ ਦੀਵਾਨ ਟੋਡਰਮੱਲ ਨੂੰ ਅਤੇ ਉਸਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਅੱਜ ਤਰਾਜ਼ਦੀ ਦੇਖੋ ਕਿ ਹੁਣ ਟੋਡਰਮੱਲ ਦੀ ਇਹ ਹਵੇਲੀ ਖੰਡਰ ਬਣੀ ਹੋਈ ਹੈ। ਹੁਣ ਤੱਕ ਇਸ ਦੀ ਕਿਸੇ ਨੇ ਸਾਰ ਨਹੀਂ ਸੀ ਲਈ, ਸਿੱਖਾਂ ਨੇ ਜਾਂ ਸਿੱਖਾਂ ਦੀਆਂ ਸੰਸਥਾਵਾਂ ਨੇ ਇਸ ਦੇ ਵੱਲ ਕੋਈ ਧਿਆਨ ਨਹੀਂ ਕੀਤਾ ਅਤੇ ਹੁਣ ਕਾਰ ਸੇਵਾ ਵਾਲਿਆਂ ਵੱਲੋਂ ਇਸ ਹਵੇਲੀ ਦੀ ਦਸ਼ਾ ਸੁਧਾਰਨ ਦੀ ਸੇਵਾ ਸੰਭਾਲੀ ਗਈ ਹੈ। ਇਸ ਮੌਕੇ ਸੇਵਾ ਕਰਦੀਆਂ ਬੀਬੀਆਂ ਲੜਕੀਆਂ ਨੇ ਕਿਹਾ ਕਿ ਸਿੱਖ ਅੱਜ ਕੱਲ੍ਹ ਨਾਮ ਦੇ ਸਿੱਖ ਰਹਿ ਗਏ, ਗੁਰੂ ਘਰਾਂ ਨਾਲ ਇਤਿਹਾਸਿਕ ਯਾਦਗਾਰਾਂ ਨਾਲ ਉਹਨਾਂ ਦਾ ਕੋਈ ਮੋਹ ਨਹੀਂ ਰਿਹਾ, ਤਾਂ ਹੀ ਟੋਡਰਮੱਲ ਦੀ ਹਵੇਲੀ ਦਾ ਹੁਣ ਤੱਕ ਇਹ ਹਸ਼ਰ ਸੀ। ਟੋਡਰਮੱਲ ਜੀ ਨੇ ਸਾਹਿਬਜ਼ਾਦੇ ਸੰਸਕਾਰ ਕਰਨ ਲਈ ਮੋਹਰਾਂ ਵਿਛਾਤੀਆਂ ਸਨ, ਉਹਨਾਂ ਨੇ ਆਪਣਾ ਸਾਰਾ ਕੁਛ ਵੇਚ ਕੇ ਮੋਹਰਾਂ ਇਕੱਠੀਆਂ ਕੀਤੀਆਂ ਸਨ ਅਤੇ ਸਾਹਿਬਜ਼ਾਦੇ ਸੰਸਕਾਰ ਕਰਨ ਲਈ ਉਹਨਾਂ ਨੇ ਉਹ ਜਹਾਂਗੀਰ ਦੇ ਅੱਗੇ ਮੋਹਰਾਂ ਵਿਛਾਤੀਆਂ ਸਨ। ਪਰ ਅੱਜ ਸਿੱਖ ਕੌਮ ਕਿੱਥੇ ਖੜੀ ਆ ਵੀ ਦੀਵਾਨ ਟੋਡਰਮੱਲ ਦੀ ਹਵੇਲੀ ਨਹੀਂ ਸਾਂਭੀ? ਕਾਰ ਸੇਵਾਲੇ ਬਾਬੇ ਨੇ, ਹਾਂਜੀ ਕਾਰ ਸੇਵਾਲੇ ਬਾਬਾ ਜੀ ਨੇ ਅੱਗੇ ਸਾਂਭੀ ਹੈ। ਕਿਉਂ ਨਹੀਂ ਸਾਂਭੀ ਅੱਜ ਤੱਕ ਸਿੱਖਾਂ ਨੇ? ਕਿਉਂ ਨਹੀਂ ਸਾਂਭੀ ਹੈ? ਸਿੱਖ ਹੁਣ ਨਾ ਤੇ ਮਤਲਬ ਉਹਨਾਂ ਸਾਹਿਬਜ਼ਾਦਿਆਂ ਦੇ ਬਸ ਇੰਨਾ ਪਤਾ ਵੀ ਉਹਨਾਂ ਨੇ ਸ਼ਹੀਦੀ ਦਿੱਤੀ ਸੀ, ਪਰ ਹੁਣ ਅੱਜ ਕੱਲ੍ਹ ਉਹ ਰਿਹਾ ਨਹੀਂ ਟਾਈਮ ਪਹਿਲਾਂ ਵਾਲੇ ਸਿੱਖਾਂ ਦੇ ਵਿੱਚ, ਉਹ ਜਜ਼ਬਾ ਨਹੀਂ ਰਿਹਾ, ਉਹ ਜਨੂੰਨ ਨਹੀਂ ਰਿਹਾ ਸਿੱਖਾਂ ਦੇ ਵਿੱਚ ਕਿ ਅਸੀਂ ਸਿੱਖ ਹਾਂ, ਨਾ ਸੇਵਾ ਕਰਦੇ, ਨਾਮ ਜਪਦੇ ਨੇ, ਬਸ ਆਪਣੇ ਮਤਲਬ ਕਿ ਉਹਦੇ ਵਿੱਚ ਰਹਿੰਦੇ ਨੇ ਵੀ ਹਾਂ ਵੀ ਅਸੀਂ ਆਪਣੀ ਜ਼ਿੰਦਗੀ ਜੀਣੀ ਹੈ। ਸਿੱਖੀ ਨੂੰ ਅੱਜ ਕੱਲ੍ਹ ਬਹੁਤ ਜ਼ਿਆਦਾ ਘੱਟ ਗਈ ਹੈ ਵੀ, ਲੋਕਾਂ ਦਾ ਜਜ਼ਬਾ ਘੱਟ ਗਿਆ। ਹਾਂਜੀ ਹਾਂਜੀ, ਇੱਥੇ ਸੇਵਾ ਦੀ ਵਾਂਝੀ ਰਹਿ ਗਈ ਹੈ। ਅਤੇ ਟੋਡਰਮੱਲ ਨੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਦੇ ਸੰਸਕਾਰ ਵਾਸਤੇ ਟੇਢੀਆਂ ਮੋਹਰਾਂ ਕਰਕੇ ਜੋਤੀ ਸਰੂਪ ਸਾਹਿਬ ਜਗ੍ਹਾ ਖਰੀਦੀ ਸੀ ਅਤੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਸੀ ਅਤੇ ਉਸ ਦੀ ਯਾਦਗਾਰ ਵਾਸਤੇ ਹਾਂਜੀ ਟੋਡਰਮੱਲ ਦੀ ਹਵੇਲੀ ਵਿੱਚ ਸੇਵਾ ਕਰ ਰਹੇ ਹਾਂ। ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆ ਕੇ ਸੇਵਾ ਕਰਨ ਅਤੇ ਸਿਮਰ ਕਰਨ ਆਪਣਾ ਜੀਵਨ। ਉੱਥੇ ਕਾਰ ਸੇਵਾ ਵਾਲੇ ਬਾਬਾ ਗੁਰਜਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਹਵੇਲੀ 'ਤੇ ਸਮੇਂ-ਸਮੇਂ 'ਤੇ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਜਿਵੇਂ ਹੀ ਉਹਨਾਂ ਕੋਲ ਗੜਾਹੀ ਨਾਲ ਪੈਸੇ ਆਉਂਦੇ ਨੇ ਉਵੇਂ-ਉਵੇਂ ਉਹ ਇੱਥੇ ਕੰਮ ਕਰਵਾਉਂਦੇ ਨੇ। ਜਿਹੜਾ ਟੋਡਰਮੱਲ ਦੀ ਹਵੇਲੀ ਦਾ ਕੰਮ ਪਹਿਲਾਂ ਚੱਲ ਰਿਹਾ ਸੀ, ਉਹ ਜਿਹੜਾ ਕੰਮ ਸੀ ਉਹ ਕਿਸੇ ਹੋਰ ਕੰਪਨੀ ਵੱਲੋਂ ਕਰਾਇਆ ਜਾ ਰਿਹਾ ਸੀ। ਇਹ ਜਿਹੜੀ ਹੁਣ ਸਭ ਤੋਂ ਪਹਿਲਾਂ ਟੋਡਰਮੱਲ ਦੀ ਹਵੇਲੀ ਦੀ ਸੇਵਾ, ਸਭ ਤੋਂ ਪਹਿਲਾਂ ਟੋਡਰਮੱਲ ਦੀ ਹਵੇਲੀ ਦੀ ਦਰਸ਼ਨੀ ਡਿਉੜੀ ਦੀ ਇਮਾਰਤ ਤਿਆਰ ਹੋਵੇਗੀ, ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਜਿਹੜਾ ਟੋਡਰਮੱਲ ਦੀ ਹਵੇਲੀ ਦਾ ਕੰਮ ਹੈ ਉਸੇ ਮੁਤਾਬਕ ਫਿਰ ਕੰਮ ਚੱਲਦਾ ਰਹੇਗਾ। ਅਤੇ ਸਭ ਤੋਂ ਪਹਿਲਾਂ ਸ਼ੁਰੂ ਵਿੱਚ ਇਹ ਦਰਸ਼ਨੀ ਡਿਉੜੀ ਬਣਾਈ ਜਾਏਗੀ ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜਿਸ ਤਰ੍ਹਾਂ ਭਾਈ ਟੋਡਰਮੱਲ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੇ ਸੰਸਕਾਰ ਵਾਸਤੇ ਸਥਾਨ ਖਰੀਦਣ ਲਈ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਵਿਛਾਈਆਂ ਅਤੇ ਆਪਣੇ ਆਪ ਨੂੰ ਗੁਰੂ ਨੂੰ ਕੁਰਬਾਨ ਕੀਤਾ ਅਤੇ ਇਸ ਤਰ੍ਹਾਂ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਿਸ ਤਰ੍ਹਾਂ ਭਾਈ ਟੋਡਰਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੇ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਸੀ ਅਤੇ ਉਸ ਤਰ੍ਹਾਂ ਆਪਾਂ ਵੀ ਭਾਈ ਟੋਡਰਮੱਲ ਦੇ ਨਾਂ 'ਤੇ ਜਿਹੜੀ ਦਰਸ਼ਨੀ ਡਿਉੜੀ ਬਣਨੀ ਹੈ ਉਹਦੇ ਵਾਸਤੇ ਸੇਵਾ ਕਰਕੇ ਆਪਣੇ ਜਨਮ ਨੂੰ ਸਫਲ ਬਣਾਈਏ ਅਤੇ ਇਹ ਜਿਹੜੀ ਦਰਸ਼ਨੀ ਡਿਉੜੀ ਹੈ ਇਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਭਾਈ ਕੋਈ ਵੀ ਸੰਗਤ ਆਪਣੇ ਵੱਲੋਂ ਇੱਟਾਂ ਦੀ ਸੇਵਾ ਕਰ ਸਕਦਾ ਹੈ, ਬੱਜਰੀ ਦੀ ਸੇਵਾ ਕਰ ਸਕਦਾ ਹੈ, ਰੇਤੇ ਦੀ ਸੇਵਾ ਕਰ ਸਕਦਾ ਹੈ, ਸੀਮਿੰਟ ਦੀ ਸੇਵਾ ਕਰ ਸਕਦਾ ਹੈ,
ਸਰੀਏ ਦੀ ਸੇਵਾ ਕਰ ਸਕਦਾ ਹੈ, ਜਿਨ੍ਹਾਂ ਉੱਤੇ ਗੁਰੂ ਮਹਾਰਾਜ ਦੀ ਮਹਾਨ ਕਿਰਪਾ ਹੈ। ਇਸ ਕਰਕੇ ਭਾਈ ਟੋਡਰਮੱਲ ਦੀ ਕੁਰਬਾਨੀ ਨੂੰ ਯਾਦ ਰੱਖਦਿਆਂ ਹੋਇਆਂ ਅਤੇ ਭਾਈ ਟੋਡਰਮੱਲ ਦੀ ਯਾਦ ਵਿੱਚ ਸਭ ਤੋਂ ਪਹਿਲਾਂ ਇਹ ਦਰਸ਼ਨੀ ਡਿਉੜੀ ਤਿਆਰ ਕੀਤੀ ਜਾਵੇਗੀ। ਫਤਿਹਗੜ੍ਹ ਸਾਹਿਬ ਤੋਂ ਬਹਾਦਰ ਟਿਵਾਣਾ ਦੀ ਰਿਪੋਰਟ, ਡੇਲੀ ਪੋਸਟ।